ਸਿੰਘੂ ਬਾਰਡਰ ਉੱਤੇ ਚੱਲ ਰਹੇ ਕਿਸਾਨ ਮੋਰਚੇ ਦੌਰਾਨ ਕੁੰਡਲੀ ਥਾਣੇ ਤੋਂ ਕੁਝ ਦੂਰ ਦੋ ਥਾਵਾਂ ਉੱਤੇ ਅੱਗ ਲੱਗਣ ਕਾਰਨ ਟਰਾਲੀ ਤੇ ਪੰਜ ਟੈਂਟਾਂ ਦਾ ਸਮਾਨ ਸੜ ਗਿਆ। ਮੌਕੇ ਉੱਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਅੱਗ ਇੱਕ ਥਾਂ ਲੱਗੀ ਤਾਂ ਕਿਸਾਨ ਅੱਗ ਬੁਝਾਉਣ ਲਈ ਉਸ ਥਾਂ ਪਹੁੰਚੇ, ਪਰ ਕੁਝ ਹੀ ਦੇਰ ਬਾਅਦ ਟਰਾਲੀ ਨੂੰ ਵੀ ਅੱਗ ਲੱਗ ਗਈ। ਕੁੰਡਲੀ ਤੋਂ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਦੀ ਮਦਦ ਨਾਲ ਇਸ ਅੱਗ ਉੱਤੇ ਕਾਬੂ ਪਾ ਲਿਆ ਗਿਆ। ਇਸੇ ਦੌਰਾਨ ਹਰਮੀਤ ਸਿੰਘ ਕਾਦੀਆਂ ਤੇ ਬੂਟਾ ਸਿੰਘ ਸਮੇਤ ਹੋਰ ਕਿਸਾਨ ਆਗੂ ਵੀ ਘਟਨਾ ਸਥਾਨ ਉੱਤੇ ਪਹੁੰਚ ਗਏ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਕਿ ਅਜਿਹੀ ਘਟਨਾ ਪਿੱਛੇ ਕੋਈ ਸਾਜ਼ਿਸ਼ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਕੈਟਰਡ ਇੰਸੀਡੈਂਟ ਹੈ ਦੋ ਅਲੱਗ ਅਲੱਗ ਥਾਵਾਂ 'ਤੇ, ਇਸ ਕਰਕੇ ਇਹ ਸ਼ਰਾਰਤ ਦੀ ਸੰਭਾਵਨਾ ਵੀ ਹੈ। ਪਰ ਪਹਿਲੀ ਕੋਸ਼ਿਸ਼ ਤਾਂ ਇਹੀ ਹੈ ਕਿ ਪਹਿਲਾਂ ਨੁਕਸਾਨ ਕਵਰ ਕਰੀਏ, ਜਿਹੜਾ ਸਾਂਭ ਸੰਭਾਲ ਕਰ ਲਈਏ ਚੀਜ਼ਾਂ ਦੀ, ਔਰ ਇਲੈਕਟ੍ਰੀਸ਼ਨ ਬੁਲਾਇਆ, ਮੀਂਹ ਦਾ ਮੌਸਮ ਵੀ ਹੈ ਤਾਂ ਕੋਈ ਵਾਇਰਿੰਗ ਕਮਜ਼ੋਰ ਨਾ ਹੋਵੇ, ਸਪਾਰਕ ਨਾ ਕਰ ਜਾਏ, ਇਹ ਕੋਸ਼ਿਸ਼ਾਂ ਪਹਿਲੇ ਨੇ। ਅਤੇ ਫਿਰ ਬਾਅਦ 'ਚੋਂ ਪੜਤਾਲ ਕਰਦੇ ਹਾਂ, ਜ਼ਰੂਰ ਕੋਸ਼ਿਸ਼ ਕਰਾਂਗੇ। ਜੇ ਸ਼ਰਾਰਤ ਹੋਊਗੀ ਤਾਂ ਪਕੜਿਆ ਗਿਆ ਤਾਂ ਫਿਰ ਉਹਦੇ 'ਤੇ ਕਾਰਵਾਈ ਵੀ। ਬਿਊਰੋ ਰਿਪੋਰਟ, ਪ੍ਰਵਾਸੀ ਟੀਵੀ।